ਸੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਸੋ ਸਭ ਤੋਂ ਪਹਿਲਾਂ ਮੈਂ ਭੈਣ ਜੀ ਡਾਕਟਰ ਸ਼ਿੰਦਰ ਕੌਰ ਹੋਰਾਂ ਦਾ ਸਵਾਗਤ ਕਰਦਾ ਜੀ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਸਕਦੇ ਨੇ ਸਾਰਿਆਂ ਨੂੰ ਬਹੁਤ ਨਿੱਘੀ ਫਤਿਹ। ਤੁਸੀਂ ਤਾਂ ਮੇਰੇ ਨਾਲ ਲੱਗਦਾ ਨਾਰਾਜ਼ ਹੋ ਜਾਂਦੇ ਹੋਵੋਗੇ ਵੀ ਦੂਜੇ ਦਿਨ ਹੀ ਬਿਮਾਰ ਹੋਇਆ ਰਹਿੰਦਾ, ਠੰਡ ਦਾ ਮੈਂ ਰਗੜਿਆ ਪਿਆ ਜੀ। ਮੈਂ ਕਿਹਾ ਫਿਰ ਮੁੱਦਾ ਹੀ ਠੰਡ ਦਾ ਚੱਕ ਲਈ ਹੈ, ਤਿੰਨ ਦਿਨ ਮੈਨੂੰ ਪਤਾ, ਮੈਂ 4 ਦਿਨ ਕਿਵੇਂ ਕੱਟੇ ਆ ਜੀ। ਤੇ ਠੰਡ ਦੇ ਵਿੱਚ ਮੈਂ ਤਾਂ ਪਹਿਲੀ ਵਾਰੀ ਦੇਖਿਆ ਭਾਜੀ, ਤੁਹਾਡੇ ਨਾਲ ਨਾਰਾਜ਼ ਹੋ ਕੇ ਕਿੱਥੇ ਜਾਣਾ, ਜਿੰਨੀ ਤੁਸੀਂ ਸੇਵਾ ਕਰ ਰਹੇ ਹੋ ਨਾ ਪੰਜਾਬੀ ਜ਼ਬਾਨ ਦੀ, ਸੱਚੀ ਜਾਣਿਓ ਤੁਸੀਂ ਸ਼ਾਇਦ ਦਿਲ ਅੰਦਰ ਝਾਤ ਨਾ ਮਾਰ ਸਕੋ, ਕਿੰਨੀ ਇੱਜ਼ਤ ਹੈ ਮੇਰੇ ਮਨ ਵਿੱਚ। ਦਰਅਸਲ ਕੀ ਕਰੀਏ ਜੀ, ਸਾਡਾ ਪੇਸ਼ਾ ਇਹੋ ਜਿਹਾ ਕਿ ਜਿੱਥੇ ਜਿਵੇਂ ਅੱਜ ਹੀ ਹੁਣ 35 ਐਮਰਜੈਂਸੀਆਂ ਤੁਸੀਂ ਸਮਝ ਸਕਦੇ ਹੋ ਕਿ ਕੋਈ ਥਕਾਵਟ ਹੁੰਦੀ ਹੈ, ਕਈ ਵਾਰ ਕੁਛ ਲਗਾਤਾਰ ਵਿੱਚ ਹੀ ਪੇਪਰ ਵੀ ਲੈਣੇ, ਵਿੱਚ ਹੀ ਉਹਨਾਂ ਦਾ ਕਲਾਸਾਂ ਵੀ ਲੈਣੀਆਂ, ਸੋ ਇਸ ਕਾਰਨ ਕਈ ਵਾਰ ਰੁਝੇਵੇਂ ਹੋਰ ਤਰ੍ਹਾਂ ਹੋ ਜਾਂਦੇ ਆ, ਤਾਂ ਉਹ ਫਿਰ ਤਾਂ ਹੀ ਹੁੰਦਾ ਕਿ ਇਹ ਵੇਲੇ ਸਿਰ ਜੇ ਕਰਨਾ ਇਹਦੇ ਲਈ ਵੱਖ ਕੁਛ ਤਿਆਰੀ ਕਰਨੀ ਪੈਂਦੀ ਹੈ, ਸੋ ਉਹ ਕਿਸੇ ਵੇਲੇ ਕਿਤੇ ਉੱਤੇ ਥੱਲੇ ਜਾਂਦਾ, ਪਰ ਤੁਹਾਡੇ ਨਾਲ ਨਾਰਾਜ਼ਗੀ ਕਦੇ ਨਹੀਂ ਹੋ ਸਕਦੀ। ਮੇਰੇ ਨਾਲ ਨਾ ਕਈ ਵਾਰੀ ਠੰਡ ਨਾਰਾਜ਼ ਹੋ ਜਾਂਦੀ ਹੈ। ਮੈਂ ਤਾਂ ਪਹਿਲੀ ਗੱਲ ਇਹ ਕਰੂੰਗਾ ਕਿ ਇਹਨੂੰ ਇੱਕ ਤਾਂ ਹੁੰਦੀ ਹੈ ਜੀ ਸੀਤ ਲਹਿਰ, ਇੱਕ ਹੁੰਦੀ ਹੈ ਸੁੱਕੀ ਠੰਡ, ਆਹ ਜਿਹੜੀ ਹੁਣ ਹੱਡਾਂ ਨੂੰ ਪੈਂਦੀ ਹੈ ਠੰਡ, ਇਹ ਵੈਸੇ ਕੰਮ ਪਹਿਲਾਂ ਦੇਖੋ ਕੋਰੇ ਵੀ ਜੰਮਦੇ ਰਹੇ ਆ, ਠੰਡ ਜ਼ਰੂਰ ਪੈਂਦੀ ਰਹੀ ਹੈ, ਪਰ ਜਿਹੜੀ ਇਸ ਸਾਲ ਦੀ ਠੰਡ ਹੈ ਜਿਹੜੀ ਬਿਲਕੁਲ ਡਰਾਏ, ਜਿਹਨੂੰ ਕਹਿ ਸਕਦੇ ਹਾਂ ਕਿਤੇ ਮੀਂਹ ਦਾ ਤੁਪਕਾ ਨਹੀਂ, ਕਿਤੇ ਬਰਫ਼ ਪੈਣ ਦੀਆਂ ਖ਼ਬਰਾਂ ਨਹੀਂ ਆ ਰਹੀਆਂ, ਇਸ ਠੰਡ ਨੂੰ ਤੁਸੀਂ ਕਿਵੇਂ ਲੈ ਕੇ ਚੱਲਦੇ ਹੋ? ਬਿਲਕੁਲ, ਅਸਲ 'ਚ ਜੀ ਜਿਵੇਂ ਜਿਵੇਂ ਰਤਾ ਰਤਾ ਸਾਡੀ ਉਮਰ ਵੱਧਦੀ ਹੈ, ਉਸੇ ਤਰੀਕੇ ਸਾਡਾ ਠੰਡ ਨੂੰ ਜਰਨ ਦਾ ਜਾਂ ਚਮੜੀ ਹੇਠਲੀ ਜਿਹੜਾ ਸਾਡਾ ਥਿੰਦਾ ਜੰਮਿਆ ਹੁੰਦਾ ਉਹ ਉਸੇ ਹਿਸਾਬ ਨਾਲ ਇਸ ਠੰਡ ਨੂੰ ਜਜ਼ਬ ਕਰਦਾ, ਵੱਖੋ ਵੱਖਰੇ ਜੋੜਾਂ ਦੇ ਕੰਮ ਕਾਰ, ਸਾਡੇ ਸਰੀਰ ਅੰਦਰਲੇ ਰਸਾਂ ਦਾ ਘਟਣਾ, ਜਿਵੇਂ ਜਿਵੇਂ ਅਸੀਂ ਹਿਲ ਜੁਲ ਘਟਾਉਂਦੇ ਹਾਂ ਉਸੇ ਤਰੀਕੇ ਸਾਡਾ ਹਾਜ਼ਮੇ ਤੋਂ ਲੈ ਕੇ ਦਿਮਾਗ ਦੇ ਕੰਮ ਕਾਰ ਤੋਂ ਲੈ ਕੇ ਵੱਖੋ ਵੱਖਰੇ ਰੋਗ ਜੋ ਅਜਿਹੇ ਸਮੇਂ ਜਕੜ ਲੈਂਦੇ ਨੇ, ਜਿਨ੍ਹਾਂ ਚ ਖਾਸ ਤੌਰ ਤੇ ਅਹਿਮ ਕੰਮ ਹੈ ਜਿਹੜਾ ਜਿਹਦਾ ਨਾਮ ਅਸੀਂ ਲੈਂਦੇ ਹਾਂ ਨਿਮੋਨੀਆ, ਜੋ ਮੌਤ ਦਾ ਕਾਰਨ ਬਣ ਜਾਂਦਾ ਛੋਟੇ ਬੱਚਿਆਂ ਚ ਤੇ ਥੋੜੀ ਵਡੇਰੀ ਉਮਰ ਵਿੱਚ, ਤੇ ਉਸ ਤੋਂ ਇਲਾਵਾ ਠੰਡ ਲੱਗਣ ਦੇ ਨਾਲ ਅਣਗਿਣਤ ਹੋਰ ਰੋਗ ਜਿਨ੍ਹਾਂ ਚ ਸਾਹ ਦੀ ਤਕਲੀਫ ਹੋਣੀ ਜਾਂ ਜੋੜਾਂ ਦਾ ਆਕੜ ਜਾਣਾ, ਇਹ ਆਮ ਅੱਜ ਕੱਲ ਦਿਸਦੇ ਨੇ, ਜਿਨ੍ਹਾਂ ਚ ਸਰਦੀਆਂ ਦੀਆਂ ਟੱਟੀਆਂ ਲੱਗਣੀਆਂ, ਉਲਟੀਆਂ ਆਉਣੀਆਂ, ਕੁਛ ਬਾਹਰੋਂ ਖਾਣਾ ਪੀਣਾ ਅੱਜ ਕੱਲ ਦੇ ਦਿਨਾਂ ਚ ਜਿਵੇਂ ਆਮ ਹੋ ਜਾਂਦਾ ਕਿ ਸਰਦੀ ਹੈ ਚਲੋ ਜੀ ਵਾਧੂ ਕੌਫੀ, ਜਿਸ ਨਾਲ ਦਿਲ ਦੀ ਧੜਕਣ ਤੱਕ ਦੀ ਇਰੈਗੂਲੈਰਿਟੀ ਤੋਂ ਇਲਾਵਾ ਕੁਝ ਲੱਛਣ ਵੀਰੇ, ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਮੈਂ ਕੁਛ ਲੱਛਣ ਦੱਸਣੇ ਚਾਹਵਾਂਗੀ ਜਿਹੜੇ ਅੱਜ ਕੱਲ ਦੇ ਦਿਨਾਂ ਚ ਜਿਨ੍ਹਾਂ ਨੂੰ ਅਸੀਂ ਬੇਗੌਰੀ ਕਰ ਜਾਂਦੇ ਹਾਂ ਵੀ ਫੇਰ ਦੇਖਾਂਗੇ, ਤਾਂ ਕਈ ਵਾਰ ਉਹ ਹਾਰਟ ਅਟੈਕ ਦਾ ਹੀ ਬੜਾ ਸਿੰਪਲ ਜਿਹਾ ਹੀ ਲੱਛਣ ਹੁੰਦਾ, ਤੇ ਅਸੀਂ ਉਹਨੂੰ ਕਹਿੰਦੇ ਕੋਈ ਨਾ ਦਹੀਂ ਜਰਾ ਇੱਕ ਗੋਲੀ ਐਸਪ੍ਰਿਨ ਦੀ ਖਾਈਏ ਤੇ ਬੈਠੀਏ, ਤਾਂ ਉਹ ਮੇਰੀ ਬੇਨਤੀ ਹੈ ਕਿ ਅੱਜ ਦਾ ਵੀ ਮੈਂ ਕੇਸ ਦੱਸਦੀ ਹਾਂ, ਇੱਕ ਬੱਚੀ ਦਾ ਹੈ, ਉਹਨੂੰ ਗੁਰਦੇ ਦਾ ਰੋਗ ਸੀ ਤੇ ਸਡਨ ਉਹਦੀ ਵਿਜ਼ਨ ਚਲੀ ਗਈ ਤੇ ਜਾ ਕੇ ਉਹਨਾਂ ਨੂੰ ਭੇਜਿਆ, ਜਦੋਂ PGI ਤੇ ਉਹ ਰੈਟੀਨਲ ਡਿਟੈਚਮੈਂਟ ਉਹਦੇ ਨਿਕਲੀ, ਸੋ ਇਹ ਮੈਂ ਕੁਛ ਲੱਛਣ ਦੱਸਣੇ ਚਾਹਵਾਂਗੀ ਜਿਹੜੇ ਜ਼ਿੰਦਗੀ ਬਚਾ ਸਕਦੇ ਨੇ ਜੇ ਸ਼ੁਰੂਆਤੀ ਲੱਛਣਾਂ ਵੱਲ ਅਸੀਂ ਧਿਆਨ ਦੇਈਏ, ਜਿਹਨਾਂ ਵਿੱਚ ਦੇਖੋ ਜੇ ਇੱਕਦਮ ਤੁਹਾਨੂੰ ਦਿਸਣਾ ਘਟਦੇ ਘਟਦਾ ਜਾਂ ਇੱਕਦਮ ਬੰਦ ਹੁੰਦਾ ਦਿਸੇ ਇੱਕ ਅੱਖ ਚੋਂ, ਕਦੇ ਵੀ ਇਹਨੂੰ ਬੇਗੌਰੀ ਨਾ ਕਰੋ, ਨਾ ਕੋਈ ਡ੍ਰੌਪਸ ਪਾਓ, ਨਾ ਅੱਖਾਂ ਮਲੋ, ਉਦੋਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ, ਜਾਂ ਕਿਸੇ ਵੇਲੇ ਤੁਹਾਨੂੰ ਲੱਗੇ ਵੀ ਤੁਹਾਡੇ ਤੋਂ
ਜ਼ਬਾਨ ਥਿੜਕ ਰਹੀ ਹੈ, ਬੋਲਿਆ ਨਹੀਂ ਜਾ ਰਿਹਾ, ਅੜਨ ਲੱਗ ਪਏ ਹੋ, ਜਾਂ ਤੁਹਾਡਾ ਠੀਕ ਤੁਹਾਡੇ ਤੋਂ ਤੁਰਿਆ ਨਾ ਜਾ ਰਿਹਾ ਹੋਵੇ, ਇਹੀ ਨਾ ਕੁਛ ਪਲ ਹੀ ਲੱਗੇ ਵੀ ਕਿੱਥੇ ਖੜੇ ਆ, ਯਾਨੀ ਇਸ ਤਰ੍ਹਾਂ ਦਾ ਜੇ ਲੱਗੇ ਤੁਹਾਨੂੰ, ਜਾਂ ਛਾਤੀ ਚ ਕਿਸ ਨੇ ਤਿੱਖੀ ਪੀੜ ਇਕਦਮ ਲੱਗੇ, ਜਾਂ ਇਕਦਮ ਸਾਹ ਚੜਨ ਲੱਗ ਜਾਣਾ, ਫਿਰ ਕਈ ਵਾਰ ਤੁਹਾਡਾ ਮੂੰਹ ਦਾ ਢਿਲਕ ਜਾਣਾ, ਤੁਹਾਨੂੰ ਲੱਗੇ ਵੀ ਮੇਰੇ ਕਾਬੂ ਚ ਨੀ, ਜੇ ਮੈਂ ਮੂੰਹ ਚ ਕੁਛ ਪਾ ਰਿਹਾ ਤਾਂ ਸ਼ਾਇਦ ਇੱਕ ਪਾਸਿਓਂ ਲੀਕ ਹੋ ਰਿਹਾ, ਖਾਣਾ ਅੰਦਰ ਨਾ ਲੰਘਾਇਆ ਜਾਣਾ, ਜਾਂ ਇੱਕ ਪਾਸੇ ਦੀ ਹਲਕੀ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਣੀ, ਜਾਂ ਇਸੇ ਮੌਸਮ ਵਿੱਚ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਲਗਾਤਾਰ ਥਕਾਵਟ ਰਹਿਣ ਲੱਗ ਗਈ ਹੈ, ਵੀ ਕੁਛ ਕੰਮ ਕਰਨ ਨੂੰ ਜੀ ਨਾ ਕਰਨਾ, ਕਿਸੇ ਜੋੜ ਦਾ ਆਕੜ ਜਾਣਾ ਜਾਂ ਸੁੱਜ ਜਾਣਾ, ਜਾਂ ਸਰੀਰ ਉੱਪਰ ਤੱਫੜ ਜਾਂ ਲਾਲੀ ਹੋਣ ਲੱਗ ਪੈਣੀ, ਜਾਂ ਫਿਰ ਤੁਹਾਡੀ ਲੱਗੇ ਵੀ ਰੱਤੀ ਕੀ ਕੂਣੀ ਵੱਜੀ ਤੇ ਹੱਡੀ ਟੁੱਟ ਗਈ, ਇਸ ਤਰ੍ਹਾਂ ਦਾ ਜੇ ਕੁਛ ਤੁਹਾਨੂੰ ਲੱਗੇ ਤਾਂ ਇਹ ਸਾਰੀਆਂ ਚੀਜ਼ਾਂ, ਜਾਂ ਫਿਰ ਕਿਸੇ ਗਲੇ ਵਿੱਚ ਕਿਤੇ ਵੱਡੀ ਗਿਲਟੀ ਤੁਹਾਨੂੰ ਕੋਈ ਦਿਸੇ, ਜਾਂ ਫਿਰ ਪੈਰ ਦਾ ਅੰਗੂਠਾ ਸੁੱਜ ਜਾਵੇ, ਜਾਂ ਹੱਥਾਂ ਦੇ ਜੋੜਾਂ ਚ ਤਿੱਖੀ ਪੀੜ ਸੋਜਿਸ਼ ਹੋ ਜਾਵੇ, ਜਾਂ ਚੱਕਰ ਆਉਣ ਲੱਗ ਜਾਣੇ, ਨੱਕ ਚੋਂ ਲਹੂ ਵਗਣਾ, ਬਹੁਤ ਅਹਿਮ ਜੇ, ਬਿਲਕੁਲ ਇਸੇ ਤਰ੍ਹਾਂ ਦਿਲ ਦੀ ਧੜਕਣ ਤੁਹਾਨੂੰ ਜਾਪੇ ਵੀ ਇਕਦਮ ਵੱਧ ਜਾਂ ਘੱਟ ਗਈ ਹੈ, ਜਿਵੇਂ ਤੁਹਾਡਾ ਹੱਸਣ ਨੂੰ, ਜਾਂ ਇਹ ਬਹੁਤ ਆਮ ਜੇ, ਮੈਂ ਜ਼ਰੂਰ ਇਹਦੀ ਜ਼ਿਕਰ ਕਰਨਾ ਚਾਹਵਾਂਗੀ, ਵੀ ਤੁਹਾਡਾ ਕੁਛ ਵੀ ਕਰਨ ਨੂੰ ਦਿਲ ਨਾ ਕਰੇ, ਇਕੱਲੇ ਬੈਠਣ ਨੂੰ ਜੀ ਕਰਨ ਲੱਗ ਜਾਏ, ਬਹੁਤ ਆਮ ਜੇ ਵੀ ਸਰਦੀਆਂ ਦੇ ਵਿੱਚ ਖਾਸ ਤੌਰ ਤੇ, ਕਿਉਂਕਿ ਸੂਰਜ ਦੀ ਰੋਸ਼ਨੀ ਸਾਨੂੰ ਚੜ੍ਹਦੀ ਕਲਾ ਵੱਲ ਲਿਜਾਉਂਦੀ ਹੈ, ਸੋ ਜਿਵੇਂ ਹਨੇਰਾ ਜਿਹਾ ਰਹਿਣਾ ਜਾਂ ਧੁੰਦ ਜਿਹੀ ਰਹਿਣੀ, ਇਹ ਮੌਸਮ ਇਹੋ ਜਿਹਾ ਜਿੱਥੇ ਬਹੁਤ ਸਾਰੇ ਨੌਜਵਾਨ ਬੱਚਿਆਂ ਨੂੰ ਵੀ ਤੇ ਬਹੁਤ ਸਾਰੇ ਅਧੇੜ ਉਮਰ ਵਿੱਚ ਵੀ ਜਿਹੜੇ ਜਾਂਦੇ ਉਹਨਾਂ ਨੂੰ ਸਾਰਿਆਂ ਨੂੰ ਨਾ ਸਿਰਫ ਘਬਰਾਹਟ ਜਿਹੀ, ਢਹਿੰਦੀ ਕਲਾ, ਰੋਣ ਨੂੰ ਜੀ ਕਰਨਾ, ਇਕੱਲੇ ਬਹਿਣਾ ਇਹੋ ਜਿਹਾ, ਜਾਂ ਈਵਨ ਧਿਆਨ ਨਾ ਲਾ ਸਕਣਾ, ਤੁਹਾਡਾ ਖੁਦਕੁਸ਼ੀ ਜੀ ਕਰਨ ਨੂੰ, ਮਰਨ ਨੂੰ ਦਿਲ ਕਰਨਾ, ਇਹ ਭੁੱਖ ਘੱਟ ਜਾਣੀ, ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਲਾਜ਼ਮੀ ਕਿ ਤੁਸੀਂ ਕਮਰੇ ਅੰਦਰ ਹੀ ਭਾਵੇਂ ਫੁੱਲ ਲਾਈਟ ਦੋ ਫਾਲਤੂ ਟਿਊਬਾਂ ਲਾ ਕੇ ਤੇ ਤੁਸੀਂ ਉਹਦੇ ਵਿੱਚ ਕੁਛ ਨਾ ਕੁਛ ਆਪਣੇ ਆਪ ਨੂੰ ਆਰੇ ਲਾਉਣ ਲਈ, ਇਹ ਜ਼ਰੂਰੀ ਜੇ, ਬਹੁਤ ਐਕਸਟ੍ਰੀਮ ਤੱਕ ਇਹ ਜਾਂਦੀ ਜੇ, ਜੋ ਅਸੀਂ ਦੇਖਿਆ ਜਿਸ ਵਿੱਚ ਈਵਨ ਹਾਰਟ ਅਟੈਕਸ ਤੱਕ ਹੋ ਜਾਣੇ, ਮੌਤ ਹੋ ਜਾਣੀ, ਬਹੁਤ ਆਮ ਜੇ, ਸੋ ਇਸੇ ਲਈ ਜ਼ਰੂਰੀ ਜੇ ਕਿ ਤੁਸੀਂ ਆਪਣੇ ਆਪ ਨੂੰ ਰੁਝੇਵੇਂ ਵਿੱਚ ਰੱਖੋ, ਨਾ ਸਿਰਫ ਕਿ ਤੁਸੀਂ ਰੱਬ ਦਾ ਨਾਂ ਲੈ ਕੇ ਹੀ ਆਪਾਂ ਬੈਠੇ ਰਹਿਣਾ, ਸਗੋਂ ਕਈ ਵਾਰ ਹੋਰ ਡਿਪਰੈਸ਼ਨ ਦੇ ਦਿੰਦਾ, ਸੋ ਕੁਛ ਲਾਈਵਲੀ ਚੀਜ਼ਾਂ ਕਿ ਹਾਸੇ ਵਾਲਾ ਪ੍ਰੋਗਰਾਮ ਦੇਖ ਲਵੋ, ਜਾਂ ਤੁਸੀਂ ਕੋਈ ਕਿਤਾਬ ਮਜ਼ੇਦਾਰ ਜੀ ਪੜ੍ਹਨ ਲੱਗ ਜਾਵੋ, ਜਾਂ ਫਿਰ ਤੁਸੀਂ ਕੋਈ ਯਾਨੀ ਖਬਰਾਂ ਜਿਹੜੀਆਂ ਤੁਹਾਨੂੰ ਵਿਚਲਿਤ ਕਰ ਸਕਣ ਉਹ ਨਹੀਂ ਦੇਖਣੀਆਂ ਹੁੰਦੀਆਂ ਇਸ ਸਮੇਂ ਦੇ ਦੌਰਾਨ, ਕੁਛ ਪੋਜ਼ਿਟਿਵ ਜਿਵੇਂ ਤੁਸੀਂ ਭਾਵੇਂ ਕੋਈ ਬੁਝਾਰਤ ਬੁੱਝਣ ਲੱਗ ਜਾਓ ਕਿ ਦਿਮਾਗ ਆਰੇ ਲੱਗ ਜਾਵੇ, ਜਾਂ ਫਿਰ ਤੁਸੀਂ ਕੋਈ ਜਿਵੇਂ ਸੁਡੋਕੋ ਖੇਡਣ ਲੱਗ ਗਏ, ਜਾਂ ਫਿਰ ਨਵੀਂ ਜ਼ਬਾਨ ਸਿੱਖ ਲਓ, ਔਰ ਕੁਛ ਨਹੀਂ ਬਾਹਰ ਆਪਣੇ ਪਾਲਤੂ ਕੁੱਤੇ ਨੂੰ ਲੈ ਕੇ ਟਹਿਲਣ ਨਿਕਲ ਜਾਓ, ਇਹ ਚੀਜ਼ਾਂ ਲਾਜ਼ਮੀ ਨੇ, ਜਾਂ ਕਿਸੇ ਵੇਲੇ ਤੁਸੀਂ ਬਾਹਰ ਜਾ ਕੇ ਕਹੋ ਜੀ ਕੁਛ ਵੀ ਨਹੀਂ, ਅੱਜ ਅਸੀਂ ਵੈਸੇ ਹੀ ਚੱਲੇ ਹਾਂ ਜੀ, ਬਾਹਰ ਗਰਮ ਪਕੌੜੇ ਖਾ ਕੇ ਆ ਰਹੇ ਹਾਂ, ਭਾਵੇਂ ਇੱਕ ਹੀ ਖਾਓ, ਮੇਰਾ ਕਹਿਣ ਦਾ ਭਾਵ ਇਹ ਸੀ ਕਿ ਤੁਸੀਂ ਬਾਹਰ ਨਾ ਨਿਕਲੋ ਅਜਿਹੇ ਸਮੇਂ, ਖਾਸ ਖਿਆਲ ਰੱਖਿਓ, ਸ਼ਰਾਬ ਪੀਣੀ ਜਦੋਂ ਤੁਸੀਂ ਆਪ ਡਿਪਰੈਸ਼ਨ ਵਿੱਚ ਜਾ ਰਹੇ ਹੋ, ਵਕਤੀ ਤੌਰ ਤੇ ਜ਼ਰੂਰ ਲੱਗੇਗਾ ਕਿ ਸਾਨੂੰ ਬਹੁਤ ਉਹਦਾ ਫਾਇਦਾ ਹੋ ਰਿਹਾ, ਪਰ ਉਹ ਅਸਲ ਵਿੱਚ ਬਾਅਦ ਵਿੱਚ ਸਗੋਂ ਦੁੱਗਣੀ ਢਹਿੰਦੀ ਕਲਾ ਲੈ ਜਾਂਦੀ ਹੈ। ਇਸੇ ਤਰ੍ਹਾਂ ਅਜਿਹੇ ਮੌਕੇ ਬਹੁਤ ਸਟਰੋਂਗ ਕੌਫੀ ਪੀਣਾ ਠੀਕ ਨਹੀਂ ਹੈ, ਤੁਸੀਂ ਜਿਵੇਂ ਇੱਕ ਸ਼ਾਟ ਵਾਲਾ, ਜਿਵੇਂ ਅੱਜ ਕੱਲ੍ਹ ਦੋ ਸ਼ਾਟਸ ਵੀ ਪਾ ਲੈਂਦੇ ਨੇ, ਤਿੰਨ ਵੀ ਸਿੰਗਲ ਸ਼ਾਟ ਵਾਲੀ ਕੌਫੀ ਤੁਸੀਂ
ਉਹ ਤੁਹਾਡੇ ਲਈ ਕਾਫੀ ਕਈ ਵਾਰ ਇਲੇਟ ਕਰ ਦਿੰਦੀ ਹੈ। ਅਜਿਹੇ ਮੌਕੇ ਗਰਮ ਤੁਸੀਂ ਜਿਵੇਂ ਗ੍ਰੀਨ ਟੀ ਲੈਣੀ ਚਾਹੋ ਉਹ ਵੀ ਬਹੁਤ ਵਧੀਆ, ਅਦਰਕ ਦੀ ਤੇ ਤੁਸੀਂ ਹਲਦੀ ਪਾ ਕੇ ਹਲਕੀ ਉਹ ਚਾਹ ਮੋਟੀ ਇਲਾਚੀ ਛੋਟੀ ਇਲਾਚੀ ਪਾਓ ਵੀ ਤੁਹਾਨੂੰ ਬੜੀ ਤਗੜੀ ਇਲੇਸ਼ਨ ਦੇ ਦਿੰਦੀ ਹੈ। ਤੋ ਤਲੀਆਂ ਚੀਜ਼ਾਂ ਸਗੋਂ ਘੱਟ ਖਾਓ, ਮਿੱਠਾ ਘੱਟ ਖਾਓ ਤਾਂ ਉਹ ਛੇਤੀ ਸਾਨੂੰ ਨੋਰਮਲ ਲਿਆਉਂਦਾ। ਪਰ ਜੇ ਸਡਨ ਤੁਹਾਡਾ ਭਾਰ ਘਟਿਆ ਜਾਂ ਵਧਿਆ ਜਾਂ ਅੱਖਾਂ ਜਾਂ ਪੈਰਾਂ ਤੇ ਸੋਜਾ ਆਇਆ ਜਾਂ ਪਿਸ਼ਾਬ ਚ ਰੋਕਾ ਆਇਆ ਹੋਵੇ ਜਾਂ ਪਿੱਠ ਇਕਦਮ ਖਿੱਚੀ ਜਾਣੀ ਕਿ ਠੰਡ ਸੀ ਇਕਦਮ ਖਿੱਚੀ ਗਈ ਜਿਸ ਨਾਲ ਲੱਤ ਵੱਲ ਪੀੜ ਜਾ ਰਹੀ ਹੈ ਤੇ ਈਵਨ ਲੱਤ ਘੜੀਸ ਕੇ ਤੁਰਨੀ ਪੈ ਜਾਵੇ ਜਾਂ ਲੱਤਾਂ ਬਾਹਾਂ ਸੁੰਨ ਹੋ ਰਹੀਆਂ ਹੋਣ ਕੀੜੀਆਂ ਲੜ ਰਹੀਆਂ ਜਾਂ ਤੁਰਦੇ ਤੁਹਾਨੂੰ ਲੱਗੇ ਪੈਰ ਚੋਂ ਚੱਪਲ ਨਿਕਲ ਜਾਂਦੀ ਅੱਗੇ ਤੁਰ ਜਾਂਦੇ ਹੋ, ਇਹ ਚੀਜ਼ਾਂ ਬਹੁਤ ਇੰਪੋਰਟੈਂਟ ਲੱਛਣ ਨੇ, ਇਹਨਾਂ ਨੂੰ ਬਿਗਾੜੇ ਨਹੀਂ ਕੀਤਾ ਜਾ ਸਕਦਾ। ਬਿਲਕੁਲ ਇਸੇ ਤਰ੍ਹਾਂ ਅੱਜ ਕੱਲ ਦੇ ਦਿਨ ਚ ਜੋ ਸਾਡੇ ਕੋਲ ਵੀ ਈਵਨ ਕੇਸ ਪਹੁੰਚ ਰਹੇ ਨੇ ਤੇਜ਼ ਬੁਖਾਰ ਦੇ ਨਾਲ, ਜਿਹੜੇ ਕਿ ਬੜੀ ਔਡ ਜਿਹੀ ਚੀਜ਼ ਸਾਡੇ ਹੋ ਰਹੀ ਹੈ ਕਿਉਂਕਿ ਉਹਨਾਂ ਚ ਮਲੇਰੀਆ ਪੋਜ਼ਿਟਿਵ, ਇੰਨੀ ਠੰਡ ਚ ਵੀ ਆਣਾ ਸਾਡੇ ਆਪਣੇ ਲਈ ਬੜੀ ਅਜੀਬ ਜਿਹੀ ਇਹ ਚੀਜ਼ ਦੇਖਣ ਨੂੰ ਹੁੰਦੀ ਕਿਉਂਕਿ ਇੰਨੀ ਗਰਮੀ ਦੇ ਵਿੱਚ ਤਾਂ ਆਪਾਂ ਦੇਖ ਸਕਦੇ, ਇੰਨੀ ਸਰਦੀ ਵਿੱਚ ਮੱਛਰ ਦਾ ਬਚ ਜਾਣਾ ਤੇ ਮਲੇਰੀਆ ਕਰਨਾ, ਪਰ ਜੋ ਹੋ ਰਿਹਾ ਸਾਡੇ ਕੋਲ ਮੈਂ ਤਾਂ ਸਾਂਝਾ ਕੀਤਾ ਵੀ ਉਹਨੂੰ ਸਿੰਪਲ ਤੁਸੀਂ ਇੱਕ ਗੋਲੀ ਬੁਖਾਰ ਦੀ ਨਾ ਖਾਓ, ਟੈਸਟ ਜ਼ਰੂਰ ਕਰਵਾ ਲਵੋ। ਇਸੇ ਤਰ੍ਹਾਂ ਜੇ ਨੀਂਦਰ ਹੱਦੋਂ ਵੱਧ ਆਉਣ ਲੱਗ ਜਾਵੇ ਜਾਂ ਬਿਲਕੁਲ ਹੀ ਉੱਡ ਜਾਵੇ ਜਾਂ ਕਿਤੇ ਤੁਹਾਨੂੰ ਲੱਗੇ ਕਿ ਕਿਉਂਕਿ ਇਸ ਵੇਲੇ ਕੇਸਿਸ ਆ ਰਹੇ ਨੇ ਜਿਸ ਚ ਟੈਸਟਿਸ ਦਾ ਜਾਂ ਪਤਾਲੂ ਦਾ ਸੁੱਜਣਾ ਵੀ ਦੇਖਿਆ ਜਾ ਰਿਹਾ ਹੈ ਕਿ ਕਈ ਵਾਰ ਟਾਈਟ ਕੱਪੜੇ ਪਾਉਣ ਨਾਲ ਤੁਹਾਡੇ ਉਹਦੀ ਕਈ ਵਾਰ ਕਈ ਕੇਸ ਟੈਸਟੀਕੁਲਰ ਟੋਰਸ਼ਨ ਹੋ ਜਾਂਦੇ ਨੇ ਜਾਂ ਸੁੱਜ ਜਾਂਦੇ ਨੇ, ਉੱਥੇ ਲਹੂ ਜਾਣਾ ਬੰਦ ਹੋ ਸਕਦਾ, ਉਹ ਚੀਜ਼ਾਂ ਜ਼ਰੂਰ ਖਿਆਲ ਰੱਖੋ। ਇਸੇ ਤਰ੍ਹਾਂ ਇਸ ਸੀਜ਼ਨ ਵਿੱਚ ਕਈ ਵਾਰ ਦੇਖਿਆ ਗਿਆ ਕਿ ਵਾਲ ਕਾਫੀ ਝੜਨ ਲੱਗ ਜਾਂਦੇ ਨੇ ਲੋਕਾਂ ਦੇ, ਸੋ ਉਹ ਵੀ ਸੀਜ਼ਨਲ ਵੇਰੀਏਸ਼ਨ ਹੈ, ਨੋਰਮਲ ਇਸ ਤਰ੍ਹਾਂ ਹੋ ਸਕਦਾ ਹੈ। ਪਰ ਜੇ ਲਗਾਤਾਰ ਦਿਲ ਕੱਚਾ ਹੁੰਦਾ ਹੋਵੇ ਜਾਂ ਉਲਟੀਆਂ ਆਉਣ ਲੱਗ ਜਾਣ, ਟੱਟੀਆਂ ਹੋ ਜਾਣ ਜਾਂ ਕਬਜ਼ ਹੋਣ ਲੱਗ ਜਾਵੇ, ਇਹ ਚੀਜ਼ਾਂ ਜ਼ਰੂਰ ਧਿਆਨ ਰੱਖੋ। ਇਸੇ ਤਰ੍ਹਾਂ ਮਾਹਵਾਰੀ ਦੀ ਹੱਦੋਂ ਵੱਧ ਆਉਣਾ ਜਾਂ ਘੱਟ ਆਉਣਾ ਜਾਂ ਮਾਹਵਾਰੀ ਬੰਦ ਹੋਣ ਤੋਂ ਬਾਅਦ ਲਹੂ ਪੈਣਾ ਜਾਂ ਮਹੀਨੇ ਦੇ ਵਿਚਕਾਰ ਲਹੂ ਪੈਣਾ, ਸਾਰੇ ਹੀ ਲੱਛਣ ਖਿਆਲ ਕਰਨ ਦੀ ਲੋੜ ਹੈ, ਇਹਨਾਂ ਨੂੰ ਇੰਜੀ ਨਹੀਂ ਛੱਡਣਾ ਚਾਹੀਦਾ। ਕੁਝ ਜੇ ਵੀਰ ਮੈਨੂੰ ਇਜਾਜ਼ਤ ਦਿਓ, ਖੁਰਾਕ ਅੱਜ ਦੇ ਦਿਨਾਂ ਦੀ ਮੈਂ ਜ਼ਰੂਰ ਦੱਸਣਾ ਚਾਹਾਂਗੀ ਜੀ, ਉਹ ਤਾਂ ਬਹੁਤ ਜ਼ਰੂਰੀ ਹੈ ਜੀ। ਸੋ ਪਹਿਲੀ ਚੀਜ਼ ਤਾਂ ਮੈਂ ਜਿਵੇਂ ਦੱਸ ਹੀ ਚੁੱਕੀ ਹਾਂ ਕਿ ਠੰਡੀ ਯਾਨੀ ਮਿੱਠੀ ਤੇ ਠੰਡੀ, ਤੁਸੀਂ ਠੰਡੇ ਮਿੱਠੇ ਯਾਨੀ ਕੋਲਡ ਡਰਿੰਕਸ ਤਾਂ ਨਹੀਂ ਲੈਣੇ। ਇਸੇ ਤਰ੍ਹਾਂ ਕੋਸ਼ਿਸ਼ ਕਰੋ ਕਿ ਮਿੱਠਾ ਘੱਟ ਖਾਧਾ ਜਾਵੇ, ਉਹਦੀ ਥਾਂ ਤੇ ਤੁਸੀਂ ਫਰੂਟਸ ਲੈ ਸਕਦੇ ਹੋ। ਤੁਸੀਂ ਬਹੁਤ ਵਧੀਆ ਜੇ ਖਜੂਰ, ਰੋਜ਼ ਦੀਆਂ 2 ਖਜੂਰਾਂ ਜਿਨ੍ਹਾਂ ਚ ਈਵਨ ਡਾਇਬਿਟਿਕਸ ਜਿਹੜੇ ਨੇ ਉਹ ਵੀ ਰੋਜ਼ ਦੀ ਇੱਕ ਖਜੂਰ ਆਰਾਮ ਨਾਲ ਖਾ ਸਕਦੇ ਨੇ, ਉਹਦੀ ਇੰਨੀ ਕੁ ਐਨਰਜੀ, ਇੰਨੀ ਕੁ ਤਾਕਤ ਤੇ ਪੋਜ਼ਿਟਿਵਿਟੀ ਤੁਹਾਨੂੰ ਆਊਗੀ ਤੇ ਐਂਟੀ ਆਕਸੀਡੈਂਟਸ ਉਸ ਚ ਭਰ ਕੇ ਰੱਬ ਨੇ ਭੇਜੇ ਨੇ। ਸੋ ਉਹ ਜ਼ਰੂਰ ਆਪਣੀ ਖੁਰਾਕ ਚ ਸ਼ਾਮਿਲ ਕਰੋ, ਭਾਵੇਂ ਇਸੇ ਤਰ੍ਹਾਂ ਖਾਣੀ ਹੈ ਜਾਂ ਕੁਝ ਨੂੰ ਬੜਾ ਸਵਾਦ ਆਉਂਦਾ ਗਰਮ ਦੁੱਧ ਵਿੱਚ ਕਾੜ ਕੇ, ਕੋਈ ਹਰਜ ਨਹੀਂ, ਜਿਵੇਂ ਮਰਜ਼ੀ ਰਹਿਣੀ ਤਾਂ ਖਜੂਰ ਹੀ ਹੈ, ਤੁਸੀਂ ਜਿਵੇਂ ਪਸੰਦ ਹੈ ਉਹ ਲੈ ਸਕਦੇ ਹੋ। ਉਹਦੇ ਨਾਲ ਇੱਕ ਹੋਰ ਅਹਿਮ ਚੀਜ਼, ਸ਼ਕਰਕੰਦੀ ਜੀ, ਚਮੜੀ ਦੇ ਲਈ, ਅੱਖਾਂ ਦੇ ਲਈ ਇਹ ਖਾਸ ਤੌਰ ਤੇ ਸਰਦੀਆਂ ਵਿੱਚ ਬਿਹਤਰੀਨ ਖੁਰਾਕ ਹੈ। ਸੋ ਤੁਸੀਂ ਇੱਕ ਮੀਡੀਅਮ ਸਾਈਜ਼ ਦੀ ਸ਼ਕਰਕੰਦੀ ਜਿਹਨੂੰ ਉਬਾਲ ਕੇ ਯਾਨੀ ਭੁੰਨ ਕੇ ਲੈ ਲਓ, ਉਬਾਲ ਕੇ ਲੈ ਲਓ, ਇਹ ਚੀਜ਼ਾਂ ਤਲਣੀ ਬਿਲਕੁਲ ਨਹੀਂ ਹੈ।
ਉਹ ਤੁਸੀਂ ਥੋੜਾ ਜਿਹਾ ਲੂਣ ਤੇ ਥੋੜਾ ਜਿਹਾ ਤੁਸੀਂ ਉਸ ਚ ਨਿੰਬੂ ਪਾ ਕੇ ਚਾਟ ਵਾਂਗ ਬਣਾ ਕੇ ਇਹ ਹਫਤੇ ਚ 5 ਦਿਨ ਲਓ, ਕਿਉਂਕਿ ਇਹਦੇ ਚ ਫਾਈਬਰ ਤਗੜਾ ਜੇ, ਭਾਵੇਂ ਇਸ ਚ ਆਪਣਾ ਮਿੱਠਾ ਵੀ ਹੈ ਕੁਦਰਤੀ, ਪਰ ਉਹ ਫਾਈਬਰ ਤਗੜਾ ਹੋਣ ਕਾਰਨ ਤੁਹਾਡੀ ਇਕਦਮ ਲਹੂ ਵਿੱਚ ਸ਼ੱਕਰ ਦੀ ਮਾਤਰਾ ਨਹੀਂ ਵੱਧਦੀ, ਤੇ ਹਫਤੇ ਚ 5 ਦਿਨ ਉਹ ਇੱਕ ਮੀਡੀਅਮ ਸਾਈਜ਼ ਦੀ ਕੋਈ ਏਡਾ ਨੁਕਸਾਨ ਨਹੀਂ ਕਰਦੀ, ਉਹ ਤਾਂ ਸਗੋਂ ਫਾਇਦਾ ਬਹੁਤ ਜ਼ਿਆਦਾ ਹੈ। ਬਿਲਕੁਲ ਇੰਜੀ ਜਿਸ ਨੂੰ ਸ਼ੱਕਰ ਰੋਗ ਹੋਵੇ ਉਹਦੇ ਲਈ ਤਾਂ ਮੈਨੂੰ ਲੱਗਦਾ ਕਿ ਸਰਦੀਆਂ ਸ਼ਾਇਦ ਕੁਦਰਤ ਵੱਲੋਂ ਵਰਦਾਨ ਨੇ, ਕਿਉਂਕਿ ਜੇ ਤੁਸੀਂ ਰੋਜ਼ ਸਵੇਰੇ 1 ਦਿਨ ਮੱਕੀ ਦੇ ਆਟੇ ਵਿੱਚ ਤੁਸੀਂ ਮੇਥੀ ਪਾ ਕੇ ਤੇ ਅਗਲੇ ਦਿਨ ਤੁਸੀਂ ਰਾਗੀ ਦੇ ਆਟੇ ਵਿੱਚ ਬਾਥੂ ਪਾ ਕੇ, ਭਈ ਤੁਸੀਂ ਕਮਾਲ ਵਾਪਰਦਾ ਦੇਖੋਗੇ, ਕਿਉਂਕਿ ਉਹ ਤੁਹਾਡਾ ਜੇ ਤੁਸੀਂ 3 ਮਹੀਨੇ ਸਰਦੀਆਂ ਦੇ ਵੀ ਇਹ ਖਾ ਲਏ ਨੇ ਤਾਂ ਪੂਰਾ ਸਾਲ ਉਹਦਾ ਅਸਰ ਤੁਸੀਂ ਵੇਖ ਸਕਦੇ ਹੋ। ਪਰ ਰਾਗੀ ਦਾ ਆਟਾ ਜ਼ਰੂਰ ਲੈਂਦੇ ਰਹੋ, ਕਿਉਂਕਿ ਇਹ ਦਿਮਾਗ ਵਾਸਤੇ ਵੀ, ਤੁਸੀਂ ਹੈਰਾਨ ਹੋਵੋਗੇ ਭਾਜੀ, ਜੇ ਮੈਂ ਵੀ ਆਪ ਪੜ੍ਹ ਕੇ ਖੋਜ ਬੜੀ ਹੈਰਾਨ ਹੋਈ ਸੀ ਕਿ ਸਾਨੂੰ ਸਾਡੇ ਅੰਦਰ ਇਹੋ ਜਿਹੇ ਪੋਜ਼ਿਟਿਵ ਹਾਰਮੋਨਸ ਕੱਢ ਦੇਣੇ ਇੱਕ ਅਜਿਹੀ ਖੁਰਾਕ ਕੁਦਰਤੀ ਜਿਹੜੀ ਐਂਟੀ ਡਿਪਰੈਸੈਂਟ ਵਾਂਗ ਅਸਰ ਕਰਦੀ ਹੋਏ, ਉਹ ਰਾਗੀ ਦਾ ਆਟਾ ਜੇ, ਰੋਂਗੀ ਦਾ ਨਹੀਂ ਰਾਗੀ ਦਾ, ਉਹ ਤੁਸੀਂ ਜੇ ਰੈਗੂਲਰ ਖੁਰਾਕ ਇਹਦੀ ਵਰਤੋਂ ਤਾਂ ਸਰਦੀਆਂ ਵਿਚਲੀ ਡਿਪਰੈਸ਼ਨ ਦੂਰ ਹੁੰਦੀ ਦੇਖੀ ਜੇ, ਭਾਰ ਕਾਬੂ ਚ ਰੱਖਿਆ ਜਾ ਸਕਦਾ, ਜੋੜ ਤੰਦਰੁਸਤ ਰਹਿ ਸਕਦੇ ਨੇ, ਕੋਲਾਜਨ ਬਣਾ ਦਿੰਦੀ ਹੈ, ਤੁਹਾਡੀ ਚਮੜੀ ਦੀ ਲਚਕ ਬਰਕਰਾਰ ਰਹੇਗੀ, ਝੁਰੜੀਆਂ ਨਹੀਂ ਪੈਣ ਦਿੰਦੀ, ਯਾਨੀ ਇੰਨੇ ਫਾਇਦੇ ਨੇ, ਦਿਮਾਗ ਚੁਸਤ ਦਰੁਸਤ ਰੱਖਦੀ ਜੇ। ਸੋ ਇਹ ਰਾਗੀ ਦਾ ਆਟਾ ਭਾਵੇਂ ਉਹਦੀ ਤੁਸੀਂ ਬਣਾਉਣੀ ਹੈ ਖੀਰ ਬਣਾ ਲਓ, ਜੇ ਚਾਹੁੰਦੇ ਹੋ ਤੁਸੀਂ ਉਹਦੀ ਭਾਵੇਂ ਪਿੰਨੀਆਂ ਬਣਾ ਕੇ ਰੱਖ ਲਓ ਦੇਸੀ ਘਿਓ ਦੇ ਵਿੱਚ, ਪਰ ਮਿੱਠੇ ਦੀ ਥਾਂ ਤੇ ਤੁਸੀਂ ਇੰਜੀ ਖਜੂਰ ਪਾ ਸਕਦੇ ਹੋ ਉਹਦੇ ਵਿੱਚ, ਤੇ ਨਾਲੇ ਤੁਸੀਂ ਜੇ ਉਹਨੂੰ ਚਾਹੋ ਦਲੀਆ ਤੱਕ ਵੀ ਉਹਦਾ ਬਣ ਜਾਂਦਾ। ਹੁਣ ਤੇ ਜੇ ਤੁਸੀਂ ਕਰਨਾਟਕ ਸਾਈਡ ਤੇ ਜਾਓਗੇ ਦੇਖੋਗੇ ਇਹਦੀਆਂ ਇਡਲੀਆਂ, ਬ੍ਰੈਡ, ਬਿਸਕੁਟ, ਹਰ ਚੀਜ਼ ਰਾਗੀ ਦੇ ਨੇ। ਸੋ ਇਹ ਜੇ ਤੁਸੀਂ ਲੈਣੀ ਸ਼ੁਰੂ ਕਰੋ ਸਰਦੀਆਂ ਵਿੱਚ ਤਾਂ ਬਹੁਤ ਕਮਾਲ ਕਰ ਸਕਦੀ ਜੇ, ਤੇ ਨਾਲੋ ਨਾਲ ਵਿਟਾਮਿਨ ਸੀ ਇਸ ਸੀਜ਼ਨ ਚ ਜ਼ਰੂਰੀ ਜੇ ਖੰਘ ਜ਼ੁਕਾਮ ਤੋਂ ਬਚਣ ਲਈ। ਸੋ ਕੁਦਰਤੀ ਤੌਰ ਤੇ ਤੁਸੀਂ ਮੌਸਮੀ ਲੈ ਸਕਦੇ ਹੋ, ਨਿੰਬੂ ਜ਼ਰੂਰ ਸਵੇਰੇ 1 ਗਿਲਾਸ ਕੋਸੇ ਪਾਣੀ ਦੇ ਵਿੱਚ, ਜੇ ਤਾਂ ਡਾਇਬਿਟਿਕ ਹੋ ਤਾਂ ਇਕੱਲੇ ਨਮਕ ਤੇ ਕਾਲੀ ਮਿਰਚ ਪਾ ਲਓ, ਤੇ ਨਹੀਂ ਤਾਂ ਤੁਸੀਂ ਹਲਕਾ ਜਿਹਾ ਸ਼ਹਿਦ ਪਾ ਕੇ ਵੀ ਲੈ ਸਕਦੇ ਹੋ। ਤੇ ਇਹਦੇ ਨਾਲ ਮਿੱਠਾ ਅੱਜ ਕੱਲ ਮਿਲਦਾ ਜੇ ਚਕੋਦਰਾ ਤੇ ਮਿੱਠਾ, ਇਹ ਦੋਨੋਂ ਫਲ ਜਿਵੇਂ ਮੌਸਮੀ ਜਾਂ ਕੀਨੂ ਖਾਂਦੇ ਹੋ ਇਹ ਦੋਨੋਂ ਵੀ ਨਾਲ ਲਓ। ਇਹਨਾਂ ਦੇ ਆਪਣੇ ਬਹੁਤ ਕੁਛ ਜੇ ਇਹਦੇ ਵਿੱਚ ਜੋ ਵੱਖੋ ਵੱਖਰੀਆਂ ਬਿਮਾਰੀਆਂ ਵੱਖੋ ਵੱਖਰੇ ਅੰਗਾਂ ਦੇ ਲਈ, ਜਿਗਰ ਲਈ, ਗੁਰਦੇ ਲਈ ਬਹੁਤ ਕਮਾਲ ਨੇ। ਸੋ ਇਹ ਰੈਗੂਲਰ ਇਹਨਾਂ ਦੀ ਜੇ ਆਪਾਂ ਵਰਤੋਂ ਕਰਦੇ ਰਹੀਏ, ਜਿਹਨਾਂ ਚ ਸਭ ਤੋਂ ਵਧੀਆ ਤੇ ਰਾਮਬਾਣ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਨੇ ਬੈਰੀਜ਼। ਜੇ ਤੁਸੀਂ ਸਟ੍ਰੋਬੇਰੀ ਖਾ ਸਕਦੇ ਹੋ, ਹੁਣ ਬਲੂਬੈਰੀਜ਼ ਅੱਜ ਕੱਲ ਤਾਂ ਵੈਸੇ ਮੇਰਾ ਲੰਘੀਆਂ ਨੇ ਭਾਵੇਂ ਮਹਿੰਗੀਆਂ ਨੇ ਕਾਫੀ, ਪਰ ਚਲੋ ਸਟ੍ਰੋਬੇਰੀ ਹੋਈ ਲੈਂਦੇ ਰਹੋ, ਇਹ ਬਹੁਤ ਵਧੀਆ ਰਸ ਭਰੀਆਂ, ਇਹ ਬਹੁਤ ਵਧੀਆ ਨੇ। ਇਹਨਾਂ ਦੇ ਵਿੱਚ ਐਂਥੋਸਾਇਨਿਨ ਜੋ ਨੇ ਉਹ ਨਾ ਸਿਰਫ ਦਿਲ ਲਈ ਬਲਕਿ ਕੈਂਸਰ ਨੂੰ ਰੋਕਣ ਲਈ ਤੇ ਹੋਰ ਵੀ ਕਰੋਨਿਕ ਬਿਮਾਰੀਆਂ ਲਈ ਬਹੁਤ ਵਧੀਆ ਨੇ। ਸੋ ਇਹਨਾਂ ਨੂੰ ਰੈਗੂਲਰ ਰੱਖੋ, ਜੇ ਕਦੇ ਮੌਕਾ ਲੱਗ ਜਾਵੇ, ਜੇ ਮਿਲ ਜਾਵੇ ਕਿਤੇ ਨਾ ਕਿਤੇ ਕਦੇ, ਤਾਂ ਜ਼ਰੂਰ ਵਿੱਚ ਵਿੱਚ ਆਪਾਂ ਨੂੰ ਅਨਾਨਾਸ ਜੇ ਲੈ ਸਕੋ, ਕੇਲਾ ਲੈ ਸਕੋ, ਇਹ ਚੀਜ਼ਾਂ ਵਿੱਚ ਵਿੱਚ ਜੇ ਹਫ਼ਤੇ 'ਚ ਤੁਸੀਂ 3 ਵਾਰ ਇਹਨਾਂ ਨੂੰ ਵੀ ਨਾਲ ਵਰਤ ਸਕੋ ਬਹੁਤ ਵਧੀਆ ਜੇ। ਇਹ ਚੀਜ਼ਾਂ ਜੋ ਨੋਰਮਲ ਆਪਾਂ ਰੂਟੀਨ ਵਿੱਚ ਲੈਣੀਆਂ ਚਾਹੀਦੀਆਂ ਨੇ, ਉਹ ਵੀ ਅੱਜ ਕੱਲ੍ਹ ਦੇ ਦਿਨ 'ਚ ਜੋ ਬਿਮਾਰੀ ਤੋਂ ਬਚਾਉਂਦੀਆਂ ਨੇ, ਮੈਂ ਉਹ ਸਾਂਝੀਆਂ ਕੀਤੀਆਂ ਨੇ। ਅੱਛਾ ਭੈਣ ਜੀ, ਇੱਕ ਚੀਜ਼ ਦੱਸੋ, ਜਿਵੇਂ ਤੁਸੀਂ ਗੱਲ ਕੀਤੀ ਸੀਗੀ ਪੇਟ, ਵੀ ਕੋਈ ਇਹੋ ਜਿਹਾ ਵੀ ਠੰਡ ਦੇ ਨਾਲ ਹੋ ਜਾਂਦਾ ਪੇਟ ਅਫਰ ਜੇ, ਪੇਟ ਕਰੜਾ ਹੋ ਜੇ, ਘਬਰਾਹਟ ਹੋਵੇ,
ਉਹ ਇਹ ਠੰਡ ਦੇ ਵੀ ਕੀ ਲੱਗਣ ਦੇ ਸਿੰਪਟਮਸ ਨੇ, ਕਿਉਂਕਿ ਅਕਸਰ ਜਿਹੜਾ ਹੈਗਾ ਅੰਦਰੋਂ ਕੰਬ ਕੰਬੀ ਤਾਂ ਆਪਾਂ ਸੁਣੀ ਹੈ ਕਿ ਕਹਿੰਦੇ ਵੀ ਜੇ ਬਾਹਲੀ ਕੰਬਾ ਚੜੇ ਤਾਂ ਤੱਤਾ ਪਾਣੀ, ਨਿੱਘਾ ਪਾਣੀ ਪੀ ਲੈਣਾ ਚਾਹੀਦਾ, ਹੋਰ ਸਾਰਿਆਂ ਨਾਲੋਂ ਵਧੀਆ ਇਹ ਚੀਜ਼ ਹੈ, ਪਰ ਪੇਟ ਦੀ ਕੀ ਗੜਬੜ ਹੁੰਦੀ ਹੈ ਇਹਦੇ ਚ? ਜੀ ਮੈਂ ਬਿਲਕੁਲ ਉਹਦਾ ਨੁਸਖਾ ਵੀ ਤੁਹਾਨੂੰ ਘਰੇਲੂ ਦੱਸਣਾ ਚਾਹਾਂਗੀ। ਇਹ ਸਰਦੀਆਂ ਵਿੱਚ ਲਗਭਗ 80% ਨੂੰ ਹੋ ਜਾਂਦਾ, ਕਿਉਂਕਿ ਸਾਡਾ ਹਿਲਜੁਲ ਘਟਣ ਨਾਲ ਅੰਤੜੀਆਂ ਵੀ ਘੱਟ ਹਿਲਦੀਆਂ ਨੇ, ਸੋ ਸਾਡਾ ਜਿਵੇਂ ਖੁਰਾਕ ਵੀ ਫਾਈਬਰ ਘੱਟ ਜਾਂਦਾ, ਥੋੜੀਆਂ ਚਟਪਟੀਆਂ ਚੀਜ਼ਾਂ ਖਾ ਲੈਂਦੇ ਆ, ਨਤੀਜੇ ਵਜੋਂ ਸਾਡੇ ਜੋ ਸਰੀਰ ਅੰਦਰਲੇ ਰਸ ਜੋ ਘੱਟ ਸ਼ੁਰੂ ਹੋਏ ਹੁੰਦੇ ਨੇ, ਕਿਉਂਕਿ ਜਿਵੇਂ ਹਿਲਜੁਲ ਘਟਦੀ ਹੈ ਤਾਂ ਸਾਡਾ ਹਾਜ਼ਮਾ ਵੀ ਵਿਗੜ ਜਾਂਦਾ, ਜਿਹਦੇ ਨਾਲ ਸਾਨੂੰ ਅਫਾਰਾ ਜਿਹਾ ਮਹਿਸੂਸ ਹੋਣਾ, ਦਿਲ ਕੱਚਾ ਜਿਹਾ, ਭੁੱਖ ਮਰ ਜਾਣੀ ਤੇ ਢਿੱਡ ਨੂੰ ਤਕਲੀਫ਼ ਹੁੰਦੀ ਰਹਿੰਦੀ ਹੈ। ਸੋ ਉਹਦੇ ਲਈ ਜਿਵੇਂ ਮੈਂ ਹੁਣੇ ਗੱਲ ਕੀਤੀ ਸੀ ਇੱਕ ਸ਼ਕਰਕੰਦੀ ਕੇਲੇ ਦੀ ਤੇ ਸੇਬ ਦੀ ਮਿਕਸ ਕਰਕੇ ਇਹਨੂੰ ਚਾਟ ਵਾਂਗ ਤੁਸੀਂ ਲੈ ਸਕਦੇ ਹੋ ਨਿੰਬੂ ਪਾ ਕੇ, ਪਰ ਨਾਲ ਇੱਕ ਮੈਂ ਤੁਹਾਨੂੰ ਪੀਣ ਦਾ ਜ਼ਰੂਰ ਜਿਹੜਾ ਨਾ ਤੁਸੀਂ ਪਾਣੀ ਉਬਾਲੋ, ਉਸ 'ਚ ਥੋੜੀ ਜਿਹੀ ਕੱਚੀ ਹਲਦੀ ਯਾਨੀ ਇੱਕ ਤੁਹਾਡੇ ਪੋਟੇ ਦਾ ਅੱਧਾ ਹਿੱਸਾ, ਇੰਨੇ ਅਦਰਕ ਤਾਜ਼ਾ, ਇਹ ਦੋਨੋਂ ਚੀਜ਼ਾਂ ਅਲੱਗ ਕੁੱਟ ਲਓ, ਇਹਨਾਂ ਨੂੰ ਉਸੇ ਕੁੱਟ ਕੇ ਉਸੇ ਪਾਣੀ 'ਚ ਜਿਹੜਾ ਤੁਸੀਂ ਉਬਲਣਾ ਰੱਖਿਆ ਉਸ 'ਚ ਪਾ ਲਓ, ਵਿੱਚ ਪੁਦੀਨੇ ਦੇ 2 ਪੱਤੇ, 1 ਲੌਂਗ ਜੀ, ਮੋਟੀ ਇਲਾਚੀ, ਛੋਟੀ ਇਲਾਚੀ ਤੇ ਸੌਂਫ, ਇਹ ਚੀਜ਼ਾਂ ਉਬਾਲ ਕੇ ਤੁਸੀਂ ਜਦੋਂ ਇਹਨੂੰ ਰੱਖ ਲੈਂਦੇ ਹੋ ਪਾਣੀ, ਇਹ ਤੁਸੀਂ ਜ਼ਰੂਰ ਚਾਹ ਦੀ ਥਾਂ ਤੇ ਵੀ ਜੇ ਦਿਨ ਵਿੱਚ 2 ਵਾਰ ਇਹਨੂੰ ਲੈ ਲੈਂਦੇ ਹੋ, ਜਾਂ ਫਿਰ ਤੁਸੀਂ ਹਰ ਵੇਲੇ ਖਾਣੇ ਤੋਂ ਪਹਿਲਾਂ ਇਹਨੂੰ ਛੋਟਾ ਜਿਹਾ ਜਿਵੇਂ ਕਹਿ ਲਓ ਕਿ ਅੱਧੀ ਕੁ ਕੌਲੀ ਦਾ ਇਹਨੂੰ ਕੋਸੇ ਪਾਣੀ ਨੂੰ ਸਿਪ ਸਿਪ ਕਰਕੇ ਇਸ ਤਰ੍ਹਾਂ ਪੀ ਲਓ ਤੇ ਫਿਰ ਕੁਛ ਖਾਓ, ਤੁਸੀਂ ਦੇਖੋਗੇ ਤੁਹਾਡਾ ਪੇਟ ਬੜਾ ਹਲਕਾ ਜਿਹਾ ਵੀ ਹੋ ਗਿਆ ਤੇ ਬਿਲਕੁਲ ਤੁਹਾਨੂੰ ਹਾਜ਼ਮਾ ਵੀ ਹੋ ਜਾਂਦਾ, ਸਾਰਾ ਹੀ ਠੀਕ ਹੋ ਜਾਂਦਾ। ਇਹਦੇ ਨਾਲ ਅਹਿਮ ਜਿਹੜੀ ਚੀਜ਼ ਜੇ ਕਿ ਨੀਂਦਰ, ਕਿਉਂਕਿ ਬਹੁਤ ਗੜਬੜ ਹੋ ਜਾਂਦੀ ਜੇ ਕਈ ਵਾਰ ਤੁਸੀਂ ਦਿਨੇ ਨਿੱਘ ਕਾਰਨ ਜਦੋਂ ਪਏ ਹੋ ਤਾਂ ਸੌਂ ਗਏ ਹੀਟਰ ਲਾ ਕੇ, ਤਾਂ ਫਿਰ ਉਹ ਬੇਲੋੜੀ ਕਈ ਵਾਰ ਤੁਹਾਨੂੰ ਨੀਂਦ ਦਾ ਠੀਕ ਨਹੀਂ ਰਹਿੰਦਾ। ਕੋਸ਼ਿਸ਼ ਇਹੋ ਕਰਨੀ ਚਾਹੀਦੀ ਹੈ ਕਿ ਦਿਨੇ ਜਿੰਨਾ ਵੱਧ ਤੁਰ ਫਿਰ ਸਕੋ, ਗਰਮੀ ਰਹਿੰਦੀ ਹੈ ਤਾਂ ਕਿ ਰਾਤ ਨੂੰ ਇੱਕ ਵੇਲੇ ਤੁਸੀਂ ਡੂੰਘੀ ਨੀਂਦਰ ਲੈ ਸਕੋ, ਪਰ ਕਸਰਤ ਲਾਜ਼ਮੀ ਹੁੰਦੀ ਜੇ। ਸਾਡੇ ਕੋਲ ਕੇਸ ਹੈ ਜਿੱਥੇ ਬਰਫੀਲੇ ਤੂਫਾਨ ਵਿੱਚ ਵੀ ਪੂਰੇ ਕੱਪੜੇ ਨਾ ਹੋਣ ਦੇ ਬਾਵਜੂਦ ਜੇ ਕੋਈ ਬਚ ਸਕਿਆ ਸੀ ਤਾਂ ਤੁਸੀਂ ਸੁਣੀ ਹੋਏਗੀ ਉਹਦੀ ਗੱਲ ਕਿ ਉਹ ਬੇਟੀ ਸਾਰੀ ਰਾਤ ਨੱਚਦੀ ਰਹੀ ਸੀ। ਸੋ ਸਾਡੇ ਸਰੀਰ ਅੰਦਰ ਕੁਦਰਤੀ ਬਹੁਤ ਕੁਛ ਜੇ, ਕਾਰਖਾਨਾ ਹੀ ਕਮਾਲ ਦਾ, ਪਰ ਜੇ ਸਰਦੀਆਂ 'ਚ ਅਸੀਂ ਬੈਠੇ ਰਹਿ ਗਏ ਬੁੱਕਲ ਪਾ ਕੇ ਫਿਰ ਇਹ ਨੁਕਸਾਨ ਜੇ। ਸੋ 40 ਮਿੰਟ ਹਰ ਹਾਲ ਵਿੱਚ ਤਗੜੀ ਕਸਰਤ, ਜਿਸ 'ਚ ਪੌੜੀਆਂ ਚੜ ਉਤਰ ਲਓ, ਤੇਜ਼ ਤੁਰ ਲਓ, ਦੌੜ ਲਓ, ਸਾਈਕਲ ਚਲਾ ਲਓ, ਰੱਸੀ ਟੱਪ ਲਓ, ਕੋਈ ਗੇਮ ਖੇਡ ਲਓ, ਇਹ ਲਾਜ਼ਮੀ ਜੇ ਫਾਸਟ ਵਾਕਿੰਗ ਹੀ ਕਰ ਲਓ, ਹੋਰ ਕੁਛ ਨਹੀਂ ਤਾਂ, ਇਹ ਬਹੁਤ ਜ਼ਰੂਰੀ ਜੇ ਕਿ ਸਰਦੀਆਂ ਵਿੱਚ ਜਿਹੜਾ ਵੀ ਜਣਾ 10,000 steps ਰੋਜ਼ ਤੁਰ ਪਵੇ, ਉਹਨੂੰ ਕਹਿੰਦੇ ਨੇ ਨਾ ਦਿਮਾਗ ਦਾ ਤੇ ਨਾ ਦਿਲ ਦਾ ਨੁਕਸ ਤਾਂ ਹੁੰਦਾ ਹੀ ਨਹੀਂ, ਪਰ ਅਸੀਂ ਇਹ ਨਹੀਂ ਐਕਸਪੈਕਟ ਕਰਦੇ ਕਿ ਹਰ ਉਮਰ ਦਾ ਇੰਨਾ ਹੀ ਬੰਦਾ ਤੁਰ ਸਕਦਾ। ਕੋਸ਼ਿਸ਼ ਉਹ ਕਰੋ, ਨਾਲੇ ਕਹਿੰਦੇ ਜੀ ਸਰਦੀਆਂ ਦੇ ਵਿੱਚ ਸੈਰ ਨਹੀਂ ਕਰਨੀ ਚਾਹੀਦੀ, ਉਹਦੇ ਨਾਲ ਹਾਰਟ ਅਟੈਕ ਆ ਜਾਂਦਾ, ਇਹ ਕੀ ਚੱਕਰ ਹੈ? ਨਹੀਂ, ਜਦੋਂ ਤੁਸੀਂ ਨਿੱਘ ਵਿੱਚ ਇਸ ਤਰ੍ਹਾਂ ਬੈਠੇ ਇੱਕਦਮ ਠੰਡ ਵਿੱਚ ਬਾਹਰ ਨਿਕਲੋਗੇ ਤਾਂ ਹੋ ਜਾਂਦਾ, ਪ੍ਰੋਪਰ ਤਰੀਕੇ ਕੱਜ ਕੇ ਜੇ ਤੁਸੀਂ, ਮੈਂ ਤੁਹਾਨੂੰ ਇਹ ਨਹੀਂ ਕਹਿ ਰਹੀ ਕਿ ਸਵੇਰੇ 4 ਜਾਂ 5 ਵਜੇ ਤੁਸੀਂ ਇਹ ਸ਼ੁਰੂ ਕਰ ਦਿਓ, ਜਾਂ ਤਾਂ ਤੁਸੀਂ ਘਰ ਅੰਦਰ ਹੀ ਆਪਣਾ ਇੱਕ ਜਿਹੜਾ ਸਟੇਸ਼ਨਰੀ ਸਾਈਕਲ ਲੈ ਸਕਦੇ ਹੋ, ਜਾਂ ਘਰ ਵਿੱਚ ਅੰਦਰ ਹੀ ਪੌੜੀਆਂ ਚੜ ਉਤਰ ਸਕਦੇ ਹੋ, ਪਰ ਜੇ ਥੋੜੀ ਜਿਹੀ ਜਿਵੇਂ ਸਵੇਰ ਦੀ ਤੁਸੀਂ ਕਹਿ ਲਓ ਕਿ 6 ਵਜੇ ਤੋਂ ਬਾਅਦ ਜਿਵੇਂ 6:30-7 ਵਜੇ ਦੇ ਕਰੀਬ
ਤੁਸੀਂ ਵਾਕ ਕਰਕੇ ਆ ਸਕਦੇ ਹੋ, ਤੇ ਨਹੀਂ ਤਾਂ ਅੰਦਰ ਜਿਵੇਂ ਪੌੜੀਆਂ ਚੜ ਉਤਰ ਲਓ ਜਾਂ ਤੁਰੋ ਫਿਰੋ। ਜੇ ਤੁਸੀਂ ਲਗਾਤਾਰ 5000 ਸਟੈਪ ਤਾਂ ਘੱਟੋ ਘੱਟ ਜ਼ਰੂਰ ਤੁਹਾਨੂੰ ਤੁਰਨਾ ਹੀ ਚਾਹੀਦਾ, ਜਿਹਦੇ ਨਾਲ ਜੋੜ ਵੀ ਤੰਦਰੁਸਤ ਰਹਿੰਦੇ ਨੇ। ਅੰਤੜੀਆਂ ਦੀ ਹਿਲ ਜੁਲ ਬਹੁਤ ਲਾਜ਼ਮੀ ਹੈ, ਜਿਹੜਾ ਤੁਹਾਡਾ ਹਾਜ਼ਮਾ ਕਰਨਗੀਆਂ, ਨੋਰਮਲ ਭੁੱਖ ਲਾ ਦੇਣਗੀਆਂ ਜੀ। ਤੇ ਜਿਹੜੀ ਹੱਡ ਭੰਡਵੀ ਜੇ ਆਪਾਂ ਗੱਲ ਕਰੀਏ, ਜਿਹਨੂੰ ਹੁਣ ਸੁੱਕੀ ਠੰਡ ਕਹਿੰਦੇ ਨੇ, ਸੁੱਕੀ ਠੰਡ ਹੋ ਗਈ ਜਿਵੇਂ ਹੁਣ ਪੈ ਰਿਹਾ, ਨਾ ਮੀਂਹ ਨਾ ਕਣੀ ਨਾ ਬਰਫ, ਇੱਕ ਆਮ ਠੰਡ ਜਿਵੇਂ ਹੁਣ ਅਮਰੀਕਾ ਕੈਨੇਡਾ 'ਚ ਵੀ ਪੈਂਦੀ ਆ ਬੜੀ, ਇਹ ਪੰਜਾਬ ਦੀ ਠੰਡ ਇੰਨੀ ਕਿਉਂ ਮਾੜੀ ਗਿਣੀ ਜਾਂਦੀ ਆ ਬਾਹਰਲਾ ਇਹ ਜਿਵੇਂ? ਦਰਅਸਲ ਜੀ ਉੱਥੇ ਤੇ ਇੱਥੇ ਦਾ ਫਰਕ ਇਹ ਹੈ ਕਿ ਉਹਨਾਂ ਦੇ ਇੰਟਰਨਲ ਹੀਟ ਸਾਰੇ ਕੀਤੀ ਹੁੰਦੀ ਜੇ, ਜਿੱਥੇ ਤੁਸੀਂ ਘਰ ਵੀ ਉਸੇ ਤਰ੍ਹਾਂ ਸਾਰੇ ਹੀਟਡ ਨੇ, ਬਾਹਰ ਵੀ ਕੰਮ ਕਰ ਦੀ ਥਾਂ, ਦੁਕਾਨਾਂ, ਬੱਸਾਂ, ਸਭ ਥਾਵਾਂ ਤੇ ਤੁਹਾਨੂੰ ਪ੍ਰੋਪਰ ਟੈਂਪਰੇਚਰ ਮਿਲ ਜਾਂਦਾ ਜੇ, ਜਿਸ ਨਾਲ ਤੁਸੀਂ ਛੇਤੀ ਤੁਹਾਨੂੰ ਉਹ ਠੰਡ ਨਹੀਂ ਲੱਗਦੀ। ਸਾਡੇ ਅਫਸੋਸ ਕਿ ਅਸੀਂ ਘਰਾਂ ਦੇ ਅੰਦਰ ਹੀਟਰ ਲਾ ਕੇ ਉਹ ਕਮਰਿਆਂ ਦੀਆਂ ਕੰਧਾਂ ਨੂੰ ਹੱਥ ਲਾ ਕੇ ਦੇਖਿਓ, ਉਹ ਓਨੀਆਂ ਹੀ ਠੰਡੀਆਂ ਹੈ। ਕਮਰੇ ਤੋਂ ਬਾਹਰ ਨਿਕਲੇ ਜਾਂ ਘਰ ਤੋਂ ਬਾਹਰ ਨਿਕਲਦੇ ਸਾਰ ਸਾਰਾ ਕੁਛ ਉਹ ਜੋ ਸਡਨ ਟੈਂਪਰੇਚਰ ਕੇ ਅੰਦਰ ਤੁਸੀਂ ਬੈਠੇ ਹੋ 25 degrees ਤੇ ਬਾਹਰ ਨਿਕਲੇ ਹੋ ਜਦੋਂ ਉਹ ਤੁਸੀਂ 2 degrees ਤੇ ਆ ਕੇ ਖੜੇ ਹੋ, ਤਾਂ ਉਹ ਸਾਡਾ ਸਰੀਰ ਇੰਨੀ ਛੇਤੀ ਐਡਜਸਟ ਨਹੀਂ ਕਰਦਾ। ਇਸੇ ਲਈ ਕਿਹਾ ਜਾਂਦਾ ਕਿ ਜੇ ਅੰਦਰ ਤੁਸੀਂ ਹੀਟਰ 'ਚ ਬੈਠੇ ਹੋ ਤਾਂ ਉਹਨੂੰ ਨਿਕਲਣ ਤੋਂ 20-25 ਮਿੰਟ ਪਹਿਲਾਂ ਬੰਦ ਕਰ ਦਿਓ ਤੇ ਥੋੜਾ ਤੁਰੋ ਫਿਰੋ ਤਾਂ ਕਿ ਤੁਹਾਡੇ ਸਰੀਰ ਅੰਦਰਲੀ ਕੁਦਰਤੀ ਗਰਮੀ ਤਿਆਰ ਹੋਵੇ। ਫਿਰ ਤੁਸੀਂ ਜਦੋਂ ਬਾਹਰ ਨਿਕਲਦੇ ਹੋ ਤਾਂ ਪ੍ਰੋਪਰ ਕਵਰ ਕਰਕੇ ਸਿਰ ਤੇ ਪੈਰ, ਖਾਸ ਤੌਰ ਤੇ ਜਿੱਥੋਂ ਠੰਡ ਜ਼ਿਆਦਾ ਲੱਗਦੀ ਹੈ, ਤੇ ਜੇ ਤੁਹਾਡੇ ਹੱਥਾਂ ਨੂੰ ਵੀ ਤੁਸੀਂ ਦਸਤਾਨੇ ਪਾ ਕੇ ਜੇ ਨਿਕਲਦੇ ਹੋ ਤਾਂ ਪ੍ਰੋਪਰ। ਅਸਲ ਵਿੱਚ ਨੁਕਸ ਇਹ ਹੈ ਕਿ ਲੋਕ ਉੱਪਰੋਂ ਮੋਟੇ ਕੱਪੜੇ ਪਾ ਲੈਂਦੇ ਨੇ, ਜਦਕਿ ਅਸਲ ਗਰਮੀ ਵਾਰਮਰਸ ਨੇ ਦੇਣੀ ਹੁੰਦੀ ਹੈ। ਸੋ ਜਿਹੜੀ ਤੁਸੀਂ ਨਾਲ ਲੱਗਦਾ ਸਰੀਰ ਨਾਲ ਕੱਪੜਾ ਜੇ ਗਰਮ ਪਾਉਂਦੇ ਹੋ ਉਹ ਜ਼ਿਆਦਾ ਨਿੱਗ ਦਿੰਦਾ, ਜੇ ਬਜਾਏ ਕਿ ਤੁਸੀਂ ਉੱਪਰ 3-3, 4-4 ਜੈਕਟਾਂ ਪਾਈ ਜਾਵੋ। ਉਹ ਅਸੀਂ ਆਮ ਤੌਰ ਤੇ ਬੇਗੌਰੀ ਕਰ ਦਿੰਦੇ ਹਾਂ। ਛੋਟੇ ਬੱਚਿਆਂ ਨੂੰ ਵੀ ਠੰਡ ਤਾਂ ਹੀ ਲੱਗਦੀ ਹੈ, ਤੁਸੀਂ ਦੇਖਿਆ ਹੋਏਗਾ ਕਿ ਉੱਪਰੋਂ ਬਹੁਤ ਸਾਰੇ ਕੱਪੜੇ ਲਪੇਟਦੇ, ਪਰ ਜਦੋਂ ਉਹਨੂੰ ਚੁੱਕਦੇ ਨੇ ਕੱਪੜੇ ਉਹ ਉੱਪਰ ਚੜ੍ਹ ਕੇ ਮੋਢੇ ਤੱਕ ਚੜੇ ਹੁੰਦੇ ਨੇ, ਢਿੱਡ ਤੇ ਪਿੱਠ ਨੰਗੀ, ਸੋ ਉਹ ਠੰਡ ਉੱਥੋਂ ਲੱਗ ਜਾਂਦੀ ਹੈ। ਇਸੇ ਲਈ ਕੋਸ਼ਿਸ਼ ਇਹ ਕੀਤੀ ਜਾਵੇ ਕਿ ਬੱਚਿਆਂ ਦੇ ਨਾਲ ਦੀਆਂ ਬੁਨੈਣਾ ਜਾਂ ਹੇਠਾਂ ਪਜਾਮੀਆਂ ਉਹ ਟਾਈਟ ਤੇ ਬਿਲਕੁਲ ਨਾਲ ਸੱਟਵੀਆਂ ਹੋਣ, ਜਿਨ੍ਹਾਂ ਨੂੰ ਹੇਠੋਂ ਭਾਵੇਂ ਬਟਨ ਲਾ ਕੇ ਬੁਨੈਣ ਨੂੰ ਥੱਲੋਂ ਬੰਦ ਕੀਤਾ ਹੋਵੇ ਤਾਂ ਕਿ ਉਹ ਉੱਪਰ ਨਾ ਚੜੇ। ਉਹ ਜੇ ਅਸਲ ਇਹਨਾਂ ਨੂੰ ਬਚਾਉਣ ਵਾਲਾ, ਤੇ ਬੱਚਿਆਂ ਨੂੰ ਵੀ ਸਿਰ ਤੋਂ, ਕਿਉਂਕਿ ਉਹਨਾਂ ਦਾ ਸਿਰ ਵੱਡਾ ਹੁੰਦਾ ਜੇ, ਉੱਥੋਂ ਠੰਡ ਛੇਤੀ ਫੜਦੇ ਨੇ, ਸੋ ਸਿਰ ਪ੍ਰੋਪਰ ਅਲੱਗ ਟੋਪੀ ਨਾਲ, ਇਸੇ ਤਰ੍ਹਾਂ ਪੈਰਾਂ ਤੇ ਗਰਮ ਜਰਾਬਾਂ ਤੇ ਹੱਥਾਂ ਤੇ ਵੀ ਉਹ ਪਾ ਕੇ ਫਿਰ ਉੱਪਰੋਂ ਭਾਵੇਂ ਤੁਸੀਂ ਲਪੇਟ ਦਿਓ, ਪਰ ਹੇਠਾਂ ਨਿੱਘਾ ਹੋਣਾ ਬਹੁਤ ਜ਼ਰੂਰੀ ਜੇ। ਕੁਛ ਹੋਰ ਹਦਾਇਤ ਸਲਾਹ ਜੀ? ਇੱਕ ਅਹਿਮ ਗੱਲ ਕਿ ਅੱਜ ਕੱਲ ਸਤਮਾਏ ਬੱਚੇ ਬਹੁਤ ਆ ਰਹੇ ਨੇ ਜੀ, ਉਹਨਾਂ ਨੂੰ ਬਚਾਉਣ ਦਾ ਕੁਦਰਤੀ ਢੰਗ ਦੇਖੋ ਕਿਆ ਕਮਾਲ ਹੈ ਕਿ ਮਾਂ ਜੇ ਆਪਣੇ ਸਰੀਰ ਦੀ ਗਰਮੀ ਦੇ ਸਕੇ ਬਜਾਏ ਕਿ ਹੀਟਾਂ ਦੇ ਜਾਂ ਇਹ ਵਾਰਮਰਾਂ ਦੇ ਜਾਂ ਤੁਸੀਂ ਜਿਹੜੀਆਂ ਹੌਟ ਵਾਟਰ ਬੋਟਲਾਂ ਦੇ, ਜੇ ਆਪਣੀ ਨਾਲ ਢਿੱਡ ਦੇ ਲਾ ਕੇ ਬੱਚੇ ਨੂੰ ਛਾਤੀ ਦੇ ਨਾਲ ਵਿੱਚ ਤੁਸੀਂ ਉਹਨੂੰ ਪਾ ਕੇ ਉੱਪਰੋਂ ਤੁਸੀਂ ਆਪ ਗਰਮ ਭਾਵੇਂ ਸਵੈਟਰ ਪਾ ਲਓ, ਉੱਪਰੋਂ ਸ਼ਾਲ ਲੈ ਲਵੋ, ਪਰ ਉਹ ਜਿਹੜਾ ਨਿੱਘ ਬੱਚਾ ਨੂੰ ਬਚਾਏਗਾ, ਉਹਨੂੰ ਕੇਐਮਸੀ ਅਸੀਂ ਕਹਿੰਦੇ ਹਾਂ, ਕੰਗਾਰੂ ਮਦਰ ਕੇਅਰ, ਉਹ ਜਿਹੜੀ ਜੇ ਉਹ ਸਾਡੇ, ਅਸੀਂ ਇਹ ਇੱਕ ਨਹੀਂ ਦੋ ਨਹੀਂ ਲੱਖਾਂ ਬੱਚਿਆਂ ਤੇ ਦੇਖ ਚੁੱਕੇ ਹਾਂ ਕਿ ਜਿਹੜਾ ਬੱਚਾ ਇਸ ਤਰੀਕੇ ਸਤਮਾਇਆ ਵੀ ਜੰਮਿਆ, ਮਾਂ ਦੀ ਛਾਤੀ ਨਾਲ ਲੱਗਿਆ ਰਹਿ ਗਿਆ, ਨਾ ਸਿਰਫ ਉਹਦੇ ਬਚਣ
ਦੇ ਅਸਾਰ ਕਾਫੀ ਵੱਧ ਹੁੰਦੇ ਨੇ, ਬਲਕਿ ਉਹਦੇ ਮਾਨਸਿਕ ਪੱਖੋਂ ਡਿਵੈਲਪਮੈਂਟ ਦੂਜਿਆਂ ਨਾਲੋਂ 30-35% ਜ਼ਿਆਦਾ ਵਧੀਆ ਸੀ। ਤਾਂ ਤੁਸੀਂ ਸਮਝ ਸਕਦੇ ਹੋ ਕਿ ਇਹ ਬੱਚੇ ਲਾਇਕ ਵੀ ਨਿਕਲੇ, ਇਹਨਾਂ ਦੀ ਯਾਦਾਸ਼ਤ ਵੀ ਤੇਜ਼ ਨਿਕਲੀ, ਬੌਧਿਕ ਵਿਕਾਸ ਵੀ ਤੇਜ਼ ਨਿਕਲਿਆ। ਸੋ ਇਹਨਾਂ ਬੱਚਿਆਂ ਨੂੰ ਜੇ ਬਚਾਉਣਾ ਜੇ ਤਾਂ ਮਾਂ ਦੀ ਛਾਤੀ ਦੇ ਨਾਲ ਜ਼ਰੂਰੀ ਜੇ ਇਹਨਾਂ ਨੂੰ ਪਾਉਣਾ, ਤਾਂ ਕਿ ਉਹ ਬਾਹਰੋਂ ਕਵਰ ਹੋ ਕੇ ਪ੍ਰੋਪਰ ਇਹਨਾਂ ਨੂੰ ਹੀਟ ਅਸੀਂ ਦਿੱਤੀ ਜਾ ਸਕੇ ਜੀ। ਸੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਤੁਹਾਡਾ, ਮਿਹਰਬਾਨੀ। ਸੋ ਜੇਕਰ ਤੁਹਾਡੇ ਸਵਾਲਾਂ ਨੇ ਕੁਛ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦੇ ਉੱਤੇ, ਤੁਸੀਂ ਸਾਨੂੰ ਹੇਠਾਂ ਕਮੈਂਟ ਕਰ ਦਿਓ, ਇਹਨਾਂ ਦੇ ਭੈਣ ਜੀ ਤੋਂ ਤਮਾਮ ਸਵਾਲ ਆ ਜਿਹੜੇ ਲਏ ਜਾਣਗੇ। ਫਿਲਹਾਲ ਇੱਕ ਬ੍ਰੇਕ।